ਸੱਚਾ ਹਾਂਜੀ ਤੁਸੀਂ ਪਹਿਲਾਂ ਇੱਥੇ ਬਾਬਾ ਸਿੱਧਾ ਆਪਰੇਸ਼ਨ ਕਰਵਾਇਆ ਸੀਗਾ 2 ਮਹੀਨੇ ਪਹਿਲਾਂ ਤਾਂ ਤੁਸੀਂ ਸਾਡਾ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰੋਗੇ ਕਿ ਆਪਰੇਸ਼ਨ ਤੋਂ ਬਾਅਦ ਤੁਹਾਨੂੰ ਕਿਵੇਂ ਦਾ ਲੱਗਿਆ, ਘਰ ਜਾ ਕੇ ਕੋਈ ਦਿੱਕਤ ਤਾਂ ਨਹੀਂ ਆਈ ਤੇ ਹੁਣ 2 ਮਹੀਨੇ ਹੋ ਚੁੱਕੇ ਨੇ ਜਿਵੇਂ ਤੁਹਾਡੇ ਆਪਰੇਸ਼ਨ ਨੂੰ ਤੇ ਉਸ ਤੋਂ ਬਾਅਦ ਤੁਸੀਂ ਇੱਕ ਪੇਸ਼ੈਂਟ ਲੈ ਕੇ ਆਏ ਹੋ ਹੈ ਨਾ, ਤਾਂ ਤੁਸੀਂ ਕਿਵੇਂ ਦਾ ਐਕਸਪੀਰੀਅੰਸ ਮਤਲਬ ਕੀਤਾ ਉਸ ਤੋਂ ਬਾਅਦ? ਮੈਨੂੰ ਲਗਭਗ 2 ਮਹੀਨੇ ਹੋ ਗਏ ਪੇਸ਼ੈਂਟ ਕਰਾਏ ਨੂੰ। ਹਾਂਜੀ ਮੈਂ ਤੀਸਰੇ ਦਿਨ ਆਪਣੇ ਜੋ ਮੇਰੇ ਮੈਂ ਖੁਦ ਜੋਬ ਕਰਦਾ ਹਾਂ ਬਿਜ਼ਨਸ ਡਿਪਾਰਟਮੈਂਟ ਚ। ਅੱਛਾ ਜੀ, ਕੀ ਬਿਜ਼ਨਸ ਕਰਦੇ ਤੁਸੀਂ? ਮੈਂ ਬਿਜ਼ਨਸ ਵਿਜੀਲੈਂਸ ਬਿਊਰੋ। ਵਿਜੀਲੈਂਸ ਬਿਊਰੋ ਸੀਬੀਆਈ ਦਾ ਇੱਕ ਅਧਾਰਾ ਹੈ ਸਾਡਾ। ਠੀਕ ਹੈ ਜੀ। ਸਾਨੂੰ ਪੰਜਾਬ ਦੇ ਵਿੱਚ ਮਿਲਦੀ ਪਈ ਸੀਬੀਆਈ ਕਹਿੰਦੇ ਆਪਣਾ ਪੰਜਾਬ ਵਿਜੀਲੈਂਸ। ਹਾਂਜੀ ਵਿਜੀਲੈਂਸ ਬਿਊਰੋ ਦੇ ਵਿੱਚ ਮੈਂ ਥਾਣੇ ਦਾ ਜੋਬ ਕਰਦਾ। ਅੱਛਾ ਜੀ। ਮੈਨੂੰ ਇੱਥੇ ਆ ਕੇ ਜਦੋਂ ਮੈਂ 30 ਦਿਨ ਆਪਣੇ ਡਿਊਟੀ ਜੁਆਇਨ ਕਰ ਲਈ ਸੀ। ਆਪਰੇਸ਼ਨ ਤੋਂ ਬਾਅਦ ਤੀਸਰੇ ਦਿਨ ਜੁਆਇਨ ਕਰ ਲਈ ਸੀ। ਹਾਂਜੀ। ਤੇ ਮੈਨੂੰ ਬਹੁਤ ਵਧੀਆ ਲੱਗਿਆ। ਉਸ ਤੋਂ ਬਾਅਦ 15 ਦਿਨ ਬਾਅਦ ਇੱਥੇ ਚੈੱਕ ਕਰਾਉਣਾ ਹੈ ਔਰ ਇੱਥੇ ਜਿਹੜਾ ਸਟਾਫ ਆ ਬਹੁਤ ਵਧੀਆ ਆ ਔਰ ਮੇਰੇ ਜੋ ਰਿਸ਼ਤੇਦਾਰ ਬ੍ਰਦਰੀ ਹੈ ਮੇਰਾ ਇਹਨਾਂ ਦਾ ਕੱਲ੍ਹ ਮੈਨੂੰ ਫੋਨ ਆਇਆ। ਹਾਂਜੀ। ਇਹਨਾਂ ਦਾ ਰਾਤੀ ਇਹਨਾਂ ਨੂੰ ਕੱਲ੍ਹ ਇਹਨਾਂ ਨੂੰ ਤਕਲੀਫ ਹੋਈ ਹੈ ਔਰ ਸਵੇਰੇ ਅਸੀਂ ਇੱਥੇ ਆ ਕੇ ਉਹਨਾਂ ਟ੍ਰੀਟਮੈਂਟ ਕਰਾ ਕੇ ਇਸ ਟਾਈਮ ਆਪਰੇਸ਼ਨ ਕਰਾ ਲਿਆ ਔਰ ਬਹੁਤ ਵਧੀਆ ਇਸ ਟਾਈਮ ਬਿਲਕੁਲ ਠੀਕ ਹੈ। ਔਰ ਕਿਵੇਂ ਦਾ ਫੀਲ ਕਰ ਰਹੇ ਨੇ ਆਪਰੇਸ਼ਨ ਤੋਂ ਬਾਅਦ? ਬਹੁਤ ਵਧੀਆ ਠੀਕ ਨੇ? ਬਿਲਕੁਲ ਠੀਕ ਹੈ। ਬਿਲਕੁਲ ਬਿਲਕੁਲ।